क्रिकेट लीग शुरू होने से टैलेंट आएगा बाहर, कहा रमन बख्शी ने। कई वर्षों बाद अमृतसर में शुरू हुई क्रिकेट लीग, डॉक्टर शूर व अरुण जोशी पहुंचे खालसा कॉलेज। अमृतसर में शुरू हुई अंडर 16 क्रिकेट लीग का मैच आज खालसा कॉलेज में खेला जा रहा है, जहां सीनियर डिप्टी मेयर रमन बख्शी, डॉक्टर शूर व अरुण जोशी विशेष तौर से पहुंचे हैं। रमन बख्शी ने कहा कि इस लीग के बाद अमृतसर के बच्चों का टैलेंट बाहर आएगा। वहीं डॉक्टर शूर व अरुण जोशी ने लीग शुरू होने पर रमन बख्शी व उनके साथियों की सराहना की और कहा कि कोविड-19 के दौरान बच्चे खेल से दूर हो गए थे, अब दोबारा युवाओं को खेलने का मौका मिल रहा है। ग्राउंड दे विच पहला मैच आ एजीए दी लीग दा, 30 साल बाद लीग शुरू हुई है। साढ़े मुख्य मेहमान डॉक्टर शूर आ ते उन्हां दे नाल अरुण जोशी जी आ, जिहड़े दोवें आप बड़े क्रिकेटर ने। जे पी शूर साहब साढ़े नाल बहुत वधिया, शूर साहब दी परिवार साडी मदद करदा रहा। अज इत्थे टूरनामेंट शुरू होंदे, बहुत बहुत धन्नवाद इहनां दा इत्थे आउण ते। नौजवान पीढ़ी नूं वी वध तों वध खेलो, वध तों वध नशियां तों दूर रहो, ते जिहड़े क्रिकेट नूं प्यार करन वाले उहनां नूं मेरी बेनती आ वी गांधी ग्राउंड च जिस तरीके नाल इह माहौल कीता शुरू, ਤੁਸੀਂ ਸਾਰੇ ਦੇ ਸਾਰੇ ਉੱਥੇ ਆ ਕੇ ਸਾਡਾ ਸਹਿਯੋਗ ਦਿਓ। ਸਭ ਤੋਂ ਪਹਿਲਾਂ ਤਾਂ ਮੈਂ ਅੰਮ੍ਰਿਤਸਰ ਡਿਸਟ੍ਰਿਕਟ ਦੇ ਡੀਸੀ ਸਾਹਿਬ ਅਤੇ ਏਡੀਸੀ ਸਾਹਿਬ ਨੂੰ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਅਤੇ ਉਹਨਾਂ ਦਾ ਤਹਿ ਦਿਲੋਂ ਆਭਾਰ ਪ੍ਰਗਟ ਕਰਦਾ ਕਿ ਉਹਨਾਂ ਨੇ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਦੀ ਜੇ ਇੰਨੀ ਦੇਰ ਤੋਂ ਜਿਹੜੀ ਇਲੈਕਸ਼ਨ ਨਹੀਂ ਹੋਈ ਸੀ ਉਹ ਇਲੈਕਸ਼ਨ ਕਰਾ ਕੇ ਇੱਕ ਐਸੀ ਬੋਡੀ ਗਠਿਤ ਕੀਤੀ ਹੈ ਕਿ ਜਿਨ੍ਹਾਂ ਦੀ ਬੜੀ ਅੱਛੀ ਵਿਜ਼ਨ ਹੈ ਔਰ ਉਹਨਾਂ ਨੇ ਇਹ ਜਿਹੜਾ ਟੂਰਨਾਮੈਂਟ ਸ਼ੁਰੂ ਕੀਤਾ ਹੈ ਜਿਸ ਨਾਲ ਬੱਚਿਆਂ ਦਾ ਹਿਡਨ ਟੈਲੈਂਟ ਸਾਹਮਣੇ ਆਏਗਾ ਔਰ ਤੁਸੀਂ ਦੇਖੋ ਕਰੋਨਾ ਦੇ ਟਾਈਮ 'ਤੇ ਮਿਨੀਮਮ 6-7 ਮਹੀਨੇ ਗਰਾਊਂਡ ਦੇ ਵਿੱਚ ਬੱਚੇ ਨਹੀਂ ਜਾ ਪਾਏ ਔਰ ਇੱਕ ਸਾਈਕੋਲੋਜੀਕਲੀ ਵੀ ਬੱਚੇ ਡਿਸਟਰਬ ਸੀਗੇ ਔਰ ਉਹਨਾਂ ਨੂੰ ਇਹ ਮੌਕਾ ਮਿਲਿਆ ਕਿ ਉਹ ਇੱਕ ਇਸ ਲੈਵਲ 'ਤੇ ਅੰਮ੍ਰਿਤਸਰ ਡਿਸਟ੍ਰਿਕਟ ਲੈਵਲ 'ਤੇ ਕ੍ਰਿਕਟ ਖੇਲ ਰਹੇ ਆ ਜਿਹਦੇ ਨਾਲ ਕਿ ਸਾਡੀ ਅੰਮ੍ਰਿਤਸਰ ਦੀ ਇੱਕ ਐਸੀ ਟੀਮ ਗਠਿਤ ਹੋਏਗੀ ਔਰ ਇੱਕ ਐਸਾ ਟੈਲੈਂਟ ਬਾਹਰ ਆਏਗਾ ਕਿ ਇੱਕ ਅੰਮ੍ਰਿਤਸਰ ਦੀ ਟੀਮ ਦੇ ਜਿਹੜੇ ਸਿਲੈਕਟਿਡ ਬੱਚੇ ਹੈ ਉਹ ਇੰਟਰਨੈਸ਼ਨਲ ਲੈਵਲ ਐਂਡ ਸਟੇਟ ਲੈਵਲ ਐਂਡ IPL ਲੈਵਲ ਤੱਕ ਪਹੁੰਚਣਗੇ। ਜਿਹੜਾ ਤੁਹਾਨੂੰ ਦੱਸਿਆ ਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਰਹੀ ਹੈ, ਇਸ ਟਾਈਮ ਤੁਸੀਂ ਦੇਖੋ ਕਿ ਇੰਡੀਆ ਦੀ ਇਕੋਨਮੀ ਜਿਹੜੀ ਹੈ ਉਹ ਬਹੁਤ ਡਾਊਨ ਜਾ ਰਹੀ ਹੈ, ਆਲ ਓਵਰ ਵਰਲਡ ਦੀ ਇਕੋਨਮੀ ਬਹੁਤ ਡਾਊਨ ਜਾ ਰਹੀ ਹੈ ਔਰ ਨੌਕਰੀਆਂ ਨਹੀਂ ਹੈਗੀਆਂ, ਬੱਚੇ ਬੇਰੁਜ਼ਗਾਰ ਹੈ ਔਰ ਨਸ਼ਿਆਂ ਵੱਲ ਜਾ ਰਹੇ ਹੈ। ਮੈਂ ਸਰਕਾਰ ਨੂੰ ਔਰ ਐਡਮਿਨਿਸਟ੍ਰੇਸ਼ਨ ਨੂੰ ਔਰ ਸਾਡੇ ਪੰਜਾਬ ਦੇ CM ਸਾਹਿਬ ਨੂੰ ਔਰ ਜਿਹੜੀ ਅੰਮ੍ਰਿਤਸਰ ਦੀ ਡਿਸਟ੍ਰਿਕਟ ਦੀ ਬੋਡੀਜ਼ ਹੈ ਉਹਨਾਂ ਨੂੰ ਇਹ ਗੁਜ਼ਾਰਿਸ਼ ਕਰਦਾ ਕਿ ਵੱਧ ਤੋਂ ਵੱਧ ਨੌਕਰੀਆਂ ਤਿਆਰ ਕਰਨ ਤਾਂ ਕਿ ਬੱਚੇ ਜਿਹੜੇ ਨਸ਼ਿਆਂ ਵੱਲ ਜਾ ਰਹੇ ਆ ਉਹਨਾਂ ਨੂੰ ਨੌਕਰੀ ਮਿਲੇ ਔਰ ਉਹ ਬੇਰੁਜ਼ਗਾਰੀ ਨਾ ਰਹੇ। ਥੈਂਕ ਯੂ। ਯੈਲੋ ਕ੍ਰਿਕਟ ਟੂਰਨਾਮੈਂਟ ਅੰਡਰ 16 ਜਿਹੜਾ ਕਰਾਇਆ ਜਾ ਰਿਹਾ, ਰਮਨ ਬਖਸ਼ੀ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਦਾ, ਪ੍ਰਧਾਨ ਜੀ ਦਾ, ਕਿ ਸਪੋਰਟਸ ਨੂੰ ਅੱਗੇ ਵਧਾਉਣ ਵਾਸਤੇ ਨਵੇਂ ਜਿਹੜੇ ਟੈਲੈਂਟਡ ਬੰਦੇ ਨੇ ਉਹਨਾਂ ਨੂੰ ਪਲੇਅਰ ਨੇ ਉਹਨਾਂ ਨੂੰ ਚਾਂਸ ਦੇਣ ਵਾਸਤੇ ਟੂਰਨਾਮੈਂਟ ਬਹੁਤ ਦੇਰ ਬਾਅਦ ਸ਼ੁਰੂ ਕੀਤਾ ਹੈ। ਇਹ ਸ਼ਹਿਰ ਨੂੰ ਇੱਕ ਬੜੀ ਵੱਡੀ, ਸਾਡੇ ਸਮਾਜ ਨੂੰ ਸਪੋਰਟਸ ਵੱਲ ਜਾਣ ਦੀ ਬੜੀ ਵੱਡੀ ਸੇਧ ਹੈ ਅਤੇ ਮੈਂ ਇਹ ਬਹੁਤ ਐਪਰੀਸ਼ੀਏਟ ਕਰਦਾ ਹਾਂ ਕਿ ਇਹੋ ਜਿਹੇ ਟੂਰਨਾਮੈਂਟ ਹੋਣੇ ਚਾਹੀਦੇ ਹਨ ਅਤੇ ਸਾਨੂੰ ਉਮੀਦ ਹੈ ਕਿ ਰਮਨ ਬਖਸ਼ੀ ਜੀ ਸਾਡੇ ਸੀਨੀਅਰ ਡਿਪਟੀ ਮੇਅਰ ਅੱਗੇ ਤੋਂ ਵੀ ਗਾਂ ਵੀ ਇਹੋ ਜਿਹੇ ਵਧੀਆ ਉਪਰਾਲੇ ਕਰਦੇ ਰਹਿਣਗੇ ਅਤੇ ਸਮਾਜ ਨੂੰ ਇੱਕ ਚੰਗੀ, ਨੌਜਵਾਨਾਂ ਨੂੰ ਇੱਕ ਚੰਗੀ ਸੇਧ ਦੇਣਗੇ। ਮੈਂ ਸੁਰਿੰਦਰ ਰਜਨ, ਕੋਆਰਡੀਨੇਟਰ AGA। AGA ਜਿਹੜਾ ਜੂਨੀਅਰ ਲੀਗ ਕ੍ਰਿਕਟ ਕੱਪ ਜਿਹੜਾ, ਇਹਦੀ ਸ਼ੁਰੂਆਤ ਜਿਹੜੀ ਹੈ ਗਾਂਧੀ ਗਰਾਊਂਡ ਤੋਂ ਹੋਈ ਸੀ, ਪਰ ਸਾਡੇ ਕੋਲ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਅਸੀਂ 5 ਗਰਾਊਂਡਾਂ 'ਚ ਟੂਰਨਾਮੈਂਟ ਕਰ ਰਹੇ ਹਾਂ, 12 ਟੀਮਾਂ ਨੇ ਔਰ ਇਹਦਾ ਜਿਹੜਾ ਸਮਾਪਨ ਹੈ ਮਾਰਚ 'ਚ ਹੋਏਗਾ। ਅੱਜ ਬੜੀ ਇਤਿਹਾਸਿਕ ਜਗ੍ਹਾ 'ਤੇ ਖਾਲਸਾ ਕਾਲਜ, ਇਹਦਾ ਹਿੰਦੁਸਤਾਨ ਦਾ ਔਰ ਅੰਮ੍ਰਿਤਸਰ ਦਾ ਐਜੂਕੇਸ਼ਨ ਨਾਲ ਔਰ ਸਪੋਰਟਸ ਨਾਲ ਬਹੁਤ ਵੱਡਾ ਤਲਕ ਹੈ ਔਰ ਅੱਜ AGA ਫਖਰ ਮਹਿਸੂਸ ਕਰ ਰਹੀ ਹੈ ਔਰ ਖੁਸ਼ੀ ਮਹਿਸੂਸ ਕਰ ਰਹੀ ਹੈ ਵੀ ਅੱਜ ਦਾ ਜਿਹੜਾ ਮੈਚ ਹੈ ਖਾਲਸਾ ਕਾਲਜ ਦੇ ਇਸ ਇਤਿਹਾਸਿਕ ਮੈਦਾਨ 'ਚ ਖੇਡਿਆ ਜਾ ਰਿਹਾ ਔਰ ਇਸ ਟੂਰਨਾਮੈਂਟ ਦੇ ਦੌਰਾਨ ਸਾਡੀ ਜਿਹੜੀ ਮੈਨੇਜਮੈਂਟ ਹੈ ਉਹ ਰਮਨ ਬਖਸ਼ੀ ਜਿਹੜੇ ਨੇ ਸਾਡੇ ਮੇਅਰ ਉਹ ਸ਼ਾਨਾ ਬਸ਼ਾਨਾ ਬਾਕੀਆਂ ਨਾਲ ਕੰਧਾ ਮਿਲਾ ਕੇ ਚੱਲ ਰਹੇ। DC ਸਾਹਿਬ ਸਾਡੇ ਪ੍ਰਧਾਨ ਨੇ ਅਤੇ ADC ਸਾਹਿਬ ਸਾਡੇ ਸੈਕਟਰੀ ਨੇ, ਇਹ ਸਾਰਾ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਮੁਤਾਬਕ ਹੋ ਰਿਹਾ ਔਰ ਅੰਮ੍ਰਿਤਸਰ ਨੂੰ ਇੱਕ ਬੜਾ ਇਤਿਹਾਸਿਕ ਮੌਕਾ ਦਿੱਤਾ ਸਾਡੀ ਟੀਮ ਨੇ
जिदे अगुआ जने ने सही मायने च रमन बख्शी ने साढ़े सोच यह है भी आने वाले समय में अमृतसर तो जिहड़े इंटरनेशनल लैवल दे प्लेयर ने स्टेट लैवल दे इंटरनेशनल लैवल दे IPL लैवल दे प्लेयर्स तुसी देखोगे 3-4 साल बाद तुहानू नज़र आएगा भी अमृतसर बहुत टैलेंट है अमृतसर च क्रिकेट का लेकिन मौका नहीं सी मिल रहा और AGA जिहड़ी है काम काफ़ी साल तो सुती सी और जिहड़ी इलैक्शन DC साहब ने कराई है उस तो बाद जागी होश चाई तो हुण नस रही है तुहाडे सामने और अज दा जिहड़ा मैच है उहदे सबूत है भी ये जिहड़ी टूरनामेंट है और जिहड़ी क्रिकेट है इहदा इहनू जिहड़ियां सही जिहड़ियां उपर जिहड़ियां उचाइयां उत्ते लिजाण लई AGA दा एक महत्वपूर्ण कदम है।